ਲੈ ਭਾਈ ਸੋਹਣਿਓ, ਪਹੁੰਚ ਗਏ ਕੋਟਕਪੂਰੇ ਢਿੱਲੋਂ ਟਰੈਕਟਰ ਵਾਲਿਆਂ ਦੇ। ਬਾਈ ਹੋਣੀ ਬਹੁਤ ਸੋਹਣਾ ਸੁਭਾਅ ਹੈ, ਬਹੁਤ ਨਿਮਰਤਾ ਵਾਲੇ ਬੰਦੇ ਨੇ, ਸ਼ਰੀਫ, ਸਾਊ, ਸੋਬਰ, ਬੜਾ ਚੰਗਾ ਲੱਗਿਆ ਮੈਨੂੰ ਏਰੀਆ। ਸਾਡੇ ਵਾਲੇ ਨੂੰ ਏਰੀਆ ਚੰਗਾ ਲੱਗਦਾ, ਲੋਕ ਦਿਲਦਾਰ ਨੇ ਯਾਰ। ਮੁੰਡਿਆਂ ਨੇ, ਸਾਡੇ ਭਤੀਜ ਉਹਨਾਂ ਨੇ ਲੈਣਾ ਸੀ, ਡੋਡ ਵਾਲਿਆਂ ਨੇ, JCB ਵਾਲਿਆਂ ਨੇ, ਟਰੈਕਟਰ ਆ ਫਿਰਦਾ ਜਿਹੜਾ ਝੋਟਾ, ਇਹਨੇ 50-75 EJD 51-52 ਗੇਅਰ ਪ੍ਰੋ ਲਿਆ। ਇਹ ਕਹਿੰਦਾ ਭਾਈ ਚਾਚੇ ਆਉਣਾ ਜ਼ਰੂਰ ਆ। ਮੈਂ ਭਾਈ ਕੋਈ ਨਹੀਂ, ਜ਼ਰੂਰ ਆਵਾਂਗੇ ਜਿੰਨੇ ਜੋਗੇ ਹਾਂ। ਸੋ ਡਿਲੀਵਰੀ ਦੇ ਦਰਸ਼ਨ ਕਰੋ, ਇਹ 'ਚ ਕੋਈ ਰਿਵਿਊ ਨਹੀਂ ਕਰਨਾ, ਮੈਂ ਸਵਾਦ ਲੈਣਾ, ਖੁਸ਼ੀ ਮਨਾਉਣੀ ਆ। ਐਸੀ ਤੈਸੀ ਮਰਾਉਣ ਸਪੈਸੀਫਿਕੇਸ਼ਨ ਬਾਅਦ 'ਚ ਕਰਾਂ। ਅੱਜ ਭਾਈ ਪਹੁੰਚਿਆ ਕੋਟਕਪੂਰੇ ਢਿੱਲੋਂ ਟਰੈਕਟਰ, ਹੈ ਨਾ ਜੀ, ਢਿੱਲੋਂ ਟਰੈਕਟਰ। ਇਹ JD ਦੇ ਥਾਈ ਸਪੀਕਰ ਹੈਗੇ ਨੇ ਇੱਥੇ ਦੇ, ਸਾਡਾ ਛੋਟਾ ਭਤੀਜਾ ਡੋਡ ਪਿੰਡ ਪੰਪ੍ਰੀਤ, ਇਹਨਾਂ ਨੇ ਲਿਆ 50-75 JD ਵਿਦ AC ਕੈਬਨ। ਬਹੁਤ ਬਹੁਤ ਮੁਬਾਰਕਾਂ ਸਾਡੇ ਬਾਈ ਜੀ ਬਰਾੜ ਸਾਹਿਬ ਨੂੰ, ਬਾਈ ਜੀ ਸਾਡੇ ਭਰਾ ਸਾਰੇ ਇਹ ਮੁਕਤਸਰੋਂ ਪਹੁੰਚੇ ਨੇ। ਬਹੁਤ ਸਵਾਦ ਆਇਆ ਯਾਰ ਇੱਥੇ ਆ ਕੇ, ਬੜਾ ਸੋਹਣਾ ਏਰੀਆ। ਉਹ ਗਾਣਾ ਬੜਾ ਸੂਟ ਕਰਦਾ ਜਿਹੜਾ ਹੁੰਦਾ ਵੀ ਹੁਣ ਬੰਦ ਪਿਆ ਦਰਵਾਜ਼ਾ ਜੋ ਫਾਟਕ ਤੋੜ, ਪਰ ਹੁਣ ਪੁੱਲ ਬਣ ਗਿਆ, ਉਹ ਵੀ ਤੁਹਾਨੂੰ ਦਿਖਾਉਣਾ ਹੈ। ਸੋ ਬਹੁਤ ਅੱਛਾ ਲੱਗਦਾ ਯਾਰ, ਹਰ ਚੀਜ਼ ਕਦੇ ਕਮਰਸ਼ੀਅਲ ਨਹੀਂ ਹੋ ਸਕਦੀ, ਜਿਹੜਾ ਪਿਆਰ ਮੁਹੱਬਤ ਆ ਉਹ ਅਲੱਗ ਚੀਜ਼ ਹੈ। ਪੈਸੇ ਤਾਂ ਸਾਰਿਆਂ ਨੇ ਸਾਰੀ ਉਮਰ ਕਮਾਈ ਹੁੰਦੀ ਹੈ, ਸੋ ਆਹੀ ਸੀ। ਸਤਿ ਸ਼੍ਰੀ ਅਕਾਲ ਜੀ ਸੋਹਣਿਓ, ਟਰੈਕਟਰ ਹੈਗਾ 50-75 EJD ਵਿਦ AC ਕੈਬਨ। ਅੱਜ ਜਿਹੜੀ ਆ ਇਹ ਡੋਡ ਵਾਲੇ ਜਿਹੜੇ ਮੁੰਡੇ JCB ਵਾਲੇ ਨੇ, ਗੱਭਰੂ, ਇੱਧਰ ਨੂੰ ਦਿਖਾ ਦੇ ਭਤੀਜ ਮਾੜਾ ਜਿਹਾ। ਆਹ ਬਾਈ ਹੈਗਾ ਮਨਪ੍ਰੀਤ ਸਿੰਘ ਡੋਡ JCB ਵਾਲੇ, ਆਹ ਬਾਈ ਮਨਦੀਪ ਸਿੰਘ, ਆਹ ਸਾਰੇ ਭਰਾ ਜਗੀਰਾ, ਆਹ ਸਾਡੇ ਅੰਕਲ ਜੀ, ਇਹਨਾਂ ਦੇ ਪਿਤਾ ਜੀ, ਇੱਧਰ ਜਗਾੜੀ ਜੀ ਆ ਜਾ, ਆਹ ਸੰਗ ਲੱਗਦੀ ਹੈ, ਤੂੰ ਜਨਾਨੀਆਂ ਤੋਂ ਵੀ ਟੱਪ ਗਿਆ, ਜਾ ਜਾ। ਸੋ ਪੰਜਾਬ ਹੈ ਜੀ, ਇਹ ਕਾਲਾ ਜੀ ਨੇ ਸਾਡੇ ਬਾਈਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਜਿਹੜਾ ਵੀ ਕੋਈ ਨਵਾਂ ਟਰੈਕਟਰ ਲੈਂਦਾ ਉਹ ਆਪਣੀ ਚੋਇਸ ਨਾਲ ਲੈਂਦਾ, ਉਹਦੀ ਆਪਣੀ ਪਸੰਦ ਹੁੰਦੀ ਆ, ਉਹਦੇ ਪਰਿਵਾਰ ਦੀ ਪਸੰਦ ਹੁੰਦੀ ਆ। ਤੁਸੀਂ ਕੋਈ ਵੀ ਚੀਜ਼ ਲੈ ਲਈ ਉਹਦੀ ਖੁਸ਼ੀ ਮੁਬਾਰਕਾਂ ਦਿਓ, ਇੱਕ ਗੱਲ। ਅਗਲੀ ਗੱਲ, ਜਿਹੜਾ ਟਰੈਕਟਰ ਕੋਈ ਦੇਣ ਵਾਲਾ, ਹੁਣ ਜਿਵੇਂ ਇਹ ਮਹਿੰਦਰਾ ਤੋਂ ਸਵਿੱਚ ਹੋ ਕੇ ਇੱਧਰ ਆਏ ਨੇ, ਦੇਖੋ ਜੇ JD ਨੇ ਮਿਹਨਤ ਕਰੀ, ਇਹਨਾਂ ਕੋਲ ਆਏ, ਇਹਨਾਂ ਦੇ ਮੂੰਹ ਮੱਥੇ ਲੱਗੇ, ਇਹਨਾਂ ਨੂੰ ਗੱਲ ਸਮਝਾਈ, ਤਾਂ ਇਹ ਜੁੜ ਗਏ। ਇਹ ਹਰ ਕੰਪਨੀ ਦੀ ਆਪੋ ਆਪਣੀ ਮਿਹਨਤ ਆ, ਮਾਰਕੀਟਿੰਗ ਆ, ਮੈਨੂਫੈਕਚਰਿੰਗ ਅਲੱਗ ਚੀਜ਼ ਆ, ਮਾਰਕੀਟਿੰਗ ਅਲੱਗ ਚੀਜ਼ ਆ। ਜਿਹਦਾ ਅੰਜਲ ਸੀ ਉਹ ਆ ਗਿਆ, ਜਿਹੜਾ ਅਗਲੇ ਨੂੰ ਸ਼ੌਂਕ ਸੀ ਉਹ ਲੈ ਲਿਆ। ਕੋਈ ਵੀ ਬੰਦੇ ਦੀ ਜਿਹੜੀ ਪਸੰਦ ਆ, ਸੰਦ ਉਹਨੇ ਉਹੀ ਲੈਣਾ ਹੁੰਦਾ।
ਅੱਗੇ ਆ ਗਈ ਗੱਲ ਜਿਹੜੀ 50-75 ਈ ਦੀ। ਪਹਿਲੀ ਗੱਲ ਆ ਜੀ, ਅਗਲੇ ਟਾਇਰ ਹੈਗੇ ਨੇ ਤੇ 11-2-24, ਪਿਛਲੇ ਹੈਗੇ ਨੇ 16-9-30। 74 ਪਾਵਰ ਦੀ ਇਹ ਕੈਟਾਗਰੀ ਦਾ ਟਰੈਕਟਰ ਆ, 4x4 ਆ ਜਿਹੜਾ। ਤਾਂ ਇਹ ਟਰੈਕਟਰ ਆਉਂਦਾ, ਇਹਦੇ 16 ਦੇ ਟਾਇਰ ਆਉਂਦੇ ਨੇ, ਜੇ ਬਿਨਾਂ ਏਸੀ ਕੈਬਨ ਵਾਲਾ ਲੈਣਾ ਉਹਦੇ 18 ਦੇ ਟਾਇਰ ਆਉਂਦੇ ਨੇ। ਇਹ ਤੁਹਾਨੂੰ ਗੱਲ ਸਮਝ ਲੈਣੀ ਚਾਹੀਦੀ ਆ। ਆ ਜਾਓ ਜੀ, ਕਿਹੜਾ ਮੁੱਢ ਤੋਂ ਮਾੜੇ ਜੇ ਜਿਸਮ ਦੇ ਦਰਸ਼ਨ ਕਰਾ ਦਈਏ। ਆਹ ਵੇਟ ਹੈ ਜੀ 50 ਕਿਲੋ ਦੀ ਪਲੇਟ ਆ, ਇੱਕ ਕੁਇੰਟਲ, 2-3 ਕੁਇੰਟਲ, 65 ਕਿਲੋ ਦਾ ਹੈਗਾ ਕੈਰੀਅਰ। ਅੱਗੇ ਚੱਕ ਲਈਏ ਆਪਾਂ ਬੋਨਟ। ਡਿਜ਼ਾਈਨ ਦੇਖੋ ਸੋਹਣੇ, ਆਹ ECM ਆ ਗਿਆ, ਆਹ ਆ ਗਿਆ ਜੀ ਇਹਦਾ ਡੀਜ਼ਲ ਕੂਲਰ, ਆਹ ਆ ਗਿਆ ਜੀ AC ਵਾਲਾ, ਆਹ ਆ ਗਿਆ ਜੀ ਇੰਟਰਕੂਲਰ। ਇਹ ਜਿਹੜਾ ਆਹ ਜਗਾੜ ਲੱਗਿਆ ਵਾ, ਇਹਦਾ ਟਰਾਂਸਮਿਸ਼ਨ ਆਇਲ ਠੰਡਾ ਕਰਨ ਨੂੰ ਆ। ਆਹ ਸਾਰੇ ਕੂਲਰ ਨੇ, ਆਹ ਇਹਦਾ ECM ਇੰਸਟਾਲ ਕੀਤਾ ਹੋਇਆ। ਇੱਧਰ ਦੱਸਾ ਦੇ ਭਤੀਜ, ਇਹ ਜੀ 2-valve ਟਰੈਕਟਰ ਆ, 3 ਸਿਲੰਡਰ ਆ, 3900 cc ਆ, 74 HP ਆ। ਇਹਦੀ ਐਗਜੈਕਟ ਮੈਨੂੰ ਟੋਰਕ ਪਤਾ ਨਹੀਂ ਹੈਗੀ ਵੀ ਕਿੰਨੀ ਹੈ, ਉਹ ਆਪਾਂ ਕਿਤੇ ਫੇਰ ਕਰ ਲਾਂਗੇ। ਇਹਦੇ ਇੱਧਰ ਨੂੰ ਆ ਜਾ ਭਤੀਜ ਮਾੜਾ ਜਿਹਾ, ਸਾਰਿਆਂ ਤੋਂ ਮੇਨ ਚੀਜ਼ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ JD ਵਿਕਦਾ ਕਰਦੇ ਆ। ਦੇਖੋ ਬ੍ਰਦਰ, ਇਹਦੇ ਮੁਕਾਬਲੇ ਦੇ 2 ਟਰੈਕਟਰ ਨੇ, ਇੱਕ ਹੋਲੈਂਡ ਆ, ਇੱਕ ਹੈਗਾ ਜੌਂਡੀਅਰ। ਜੌਂਡੀਅਰ ਤਾਂ ਵਿਕਦਾ AC ਕੈਬਨ ਕਰਕੇ। AC ਕੈਬਨ ਕਰਕੇ ਕਿਉਂ ਵਿਕਦਾ? ਜਿਹੜਾ ਤੁਸੀਂ ਆਹ ਜਗਾੜ ਦੇਖ ਰਹੇ ਹੋ, ਇਹ ਜਿਹੜਾ ਲਹਿਦਾ ਪੀਸ ਆ ਤੁਹਾਨੂੰ, ਇਹ ਕੰਪਨੀਓ ਦੇ ਸਕਦੀ ਆ। ਜੇ ਤੁਸੀਂ ਬਾਹਰੋਂ AC ਲਵਾਓਗੇ ਆਹ ਜਗਾੜ ਨਹੀਂ ਤੁਹਾਨੂੰ ਮਿਲਣਾ। ਆ ਉਹ ਐਂ ਟਰੱਕ ਮੰਗੇ ਤੇ ਉੱਪਰੇ ਧਰ ਦਿੰਦੇ ਨੇ, ਚਾਹੇ ਜਿਹੜੀ ਵੀ ਮਰਜ਼ੀ ਕੰਪਨੀ ਆ। ਆਹ ਜਿਹੜਾ ਜਗਾੜ ਆ, ਆਹ ਅਲੱਗ ਪੀਸ ਟੈਂਕੇ ਦੇ ਥੱਲੇ ਹੋ ਜਾਂਦਾ, ਉਹ ਅੰਦਰਲਾ ਪੈਨਲ ਅਲੱਗ ਆ, ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦੂੰਗਾ। ਇਹਦਾ ਮੇਨ ਵਿਕਣ ਦਾ ਜਿਹੜਾ ਕਾਰਨ ਹੈਗਾ, JD ਕਿਉਂ ਜ਼ਿਆਦਾ ਵਿਕਦਾ, AC ਕੈਬਨ ਕੰਪਨੀ ਫਿੱਟਡ ਦਿੰਦੀ ਆ। ਜਿਹੜਾ ਕੰਪਨੀ ਵਾਲਾ AC ਕੈਬਨ ਆ, ਉਹਦੀ ਰੀਸ ਕਰਨੀ ਦੂਜੇ ਤੋਂ ਔਖੀ ਆ। ਫਰੰਟ ਟਰਾਂਸਮਿਸ਼ਨ ਦਨ ਹੈ ਜੀ ਇਹਦਾ, ਡਬਲ ਐਕਟਿੰਗ ਸਟੇਅਰਿੰਗ ਆ, ਪੰਪ ਆਲਟੀਨੇਟਰ ਆ, ਸਾਨੂੰ ਸਾਰਾ ਕੁਝ ਪਤਾ ਹੀ ਆ। ਇਹ 'ਚ ਕੋਈ ਡੈਫ ਨਹੀਂ ਪੈਂਦੀ, BS4 CRD ਹੈ ਜੀ ਇਹ ਟਰੈਕਟਰ। ਇਹ ਹੋ ਗਈ ਇੱਕ ਗੱਲ। ਅੱਗੇ ਆ ਜਾ ਭਾਈ, ਆਹ ਆ ਗਿਆ ਜੀ ਇਹਦਾ ਫਿਊਲ ਟੈਂਕ। ਆਹ ਟੈਂਕ ਆਹ ਲਾਤਾ, ਆਹ ਫੁੱਟ ਰੈਸਟ ਲਾਤੇ। ਮੇਰਾ ਖਿਆਲ ਦੋਨੇ ਪਾਸੇ ਨੇ ਨਾ ਮਨਪ੍ਰੀਤ, ਦੋਨੇ ਪਾਸੇ ਫੁੱਟ ਰੈਸਟ ਨੇ। ਲਿਆ ਪੁੱਤ ਬਣ ਕੇ ਹੁਣ ਮਾੜਾ ਜਿਹਾ ਮੈਂ ਕਰਾਂ ਦਰਸ਼ਨ। ਆਹ ਕਰੋ ਜੀ ਅੰਦਰੋਂ ਦਰਸ਼ਨ ਇਹਦੇ, ਇਹ ਅੰਦਰੋਂ ਦਿਖਾਉਣਾ ਹੁਣ ਤੁਹਾਨੂੰ। ਆਹ ਆ ਗਏ ਜੀ ਇਹਦੇ ਸਾਰੇ ਕੰਟਰੋਲ, ਡਰਾਫਟ ਲੀਵਰ, ਮੇਨ ਪੋਜੀਸ਼ਨ ਲੀਵਰ, ਆਹ ਇਹਦੇ ਐਗਜ਼ੋਲਰੀ ਬਾਲਾਂ ਦੇ 4 ਐਕਟਿੰਗ ਐਗਜ਼ੋਲਰੀ ਬਾਲ, ਆਹ ਰੇਸ ਆ ਗਈ। ਆਹ ਇਹਦਾ ਜੀ ਗੇਅਰ ਆ ਗਿਆ, ABCD ਆ ਗਿਆ, ਉਹ ਐਕਸੀਲਰੇਟਰ ਆ ਗਿਆ ਜੀ, ਠੀਕ ਆ ਜੀ। ਆਹ ਇੰਡੀਕੇਟਰ ਆ ਗਿਆ, ਲੱਲਾ ਫੱਲਾ ਆ ਗਿਆ, ਐਡਜਸਟੇਬਲ ਸਟੇਅਰਿੰਗ ਆ ਗਿਆ। ਹੁਣ ਆਹ ਦੇਖੋ ਇਹਦਾ ਮੇਨ ਸਵਾਦ, ਆਹ ਜਿਹੜੀ ਆਹ ਚੀਜ਼ ਆ ਗਈ ਨਾ, ਇਹਦਾ ਮੁੱਲ ਆ। ਇਸੇ ਕਰਕੇ ਜਿੰਨਾ ਕੁ ਹੋਲੈਂਡ ਨੂੰ ਇਹ ਰਿਪਲੇਸ ਕਰ ਰਿਹਾ, ਇਹ AC ਕੈਬਨ ਕੰਪਨੀ ਫਿੱਟਡ ਕਰਕੇ ਕਰ ਰਿਹਾ। ਇਹਦੀ ਕੋਸਟ ਤੁਸੀਂ 5-7 ਲੱਖ ਰੁਪਇਆ ਗਿਣ ਸਕਦੇ ਹੋ, ਜਿਹੜਾ ਆਪਾਂ ਬਾਹਰੋਂ ਲਵਾਉਂਦੇ ਹਾਂ ਉਹ ਨਹੀਂ ਲੱਗ ਸਕਦਾ, ਇਹ ਕਾਰਨ ਆ। ਹੁਣ ਅੰਦਰੋਂ ਤੁਸੀਂ ਵੈਂਟ ਦੇਖੋ, ਆਹ ਵੈਂਟਾਂ ਦੀ ਸਫਾਈ, ਆਹ ਛੱਤ ਦੀ ਸਫਾਈ, ਸੰਦ ਭਾਂਡੇ ਇੱਧਰੋਂ ਦੇਖੋ, PTO। ਸਭ ਨਾਲੋਂ ਇੱਕ ਹੋਰ ਇੰਪੋਰਟੈਂਟ ਜਿਹੜੀ ਗੱਲ ਤੁਹਾਨੂੰ ਦੱਸਣੀ ਹੈ, ਆਹ ਸ਼ੀਸ਼ਾ ਜਿਹੜਾ ਆਪਣਾ ਉਹ ਸੀ ਨਾ ਹੀਰਬਾ, ਵੀ ਜੀ JD ਦੇ ਪਿੱਛੇ ਨਹੀਂ ਦੀਂਦਾ, ਇਹਦੇ ਦੇਖੋ ਕਿਵੇਂ ਦੀਂਦਾ। ਜਿੰਨਾ ਵੀ ਜਿਹੜਾ ਆਪਣਾ ਹੀਰਬਾ ਸੀ ਉਹ ਸਾਰਾ ਹੀ ਖਤਮ ਕਰਤਾ, ਇੰਨਾ ਤਾਂ ਬਿਨਾਂ AC ਵਾਲੇ ਟਰੈਕਟਰ ਦੇ ਵੀ ਨਹੀਂ ਦਿਖਦਾ, ਜਿੰਨਾ ਮਗਰ ਇਹਦੇ ਦਿਖਦਾ। ਆਹ ਸ਼ੀਸ਼ਾ ਲਾਤਾ ਇਹਨਾਂ ਨੇ ਗੋਲੀ ਲੱਗਣਿਆਂ ਨੇ, ਉਹਦੇ ਆਹ ਸ਼ੀਸ਼ਾ, ਆਹ ਸ਼ੀਸ਼ਾ। ਅੰਦਰੋਂ ਜਿਹੜੇ ਕੈਬਨ ਦਾ ਸਵਾਦ ਆ ਬਾਈ, ਉਹ ਤੁਸੀਂ ਬਾਹਰੋਂ ਕਿਸੇ ਵੀ ਕੰਪਨੀ ਦਾ, ਮੈਂ ਕੋਈ ਨਾਂ ਨਹੀਂ ਲੈਣਾ ਚਾਹੁੰਦਾ, ਜਿਹਦਾ ਮਰਜ਼ੀ ਲਵਾ ਲਓ,
ਆਹ ਸਵਾਦ ਆ ਜਿਹੜਾ ਤਰਾਰਾ ਤੁਹਾਨੂੰ ਕਿਸੇ ਵੀ ਕੀਮਤ ਤੇ ਆ ਨਹੀਂ ਸਕਦਾ। ਇਹ 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 ਤੁਹਾਨੂੰ ਸਮਝਣਾ ਪਊਗਾ, ਇਸੇ ਦਾ ਮੁੱਲ ਆ। ਇਹੀ ਕਾਰਨ ਆ ਜੇ ਡੀ ਦਾ ਜ਼ਿਆਦਾ ਪਕੜ ਬਣਾਉਣ ਦਾ, ਕਿਉਂਕਿ ਦੂਜੀਆਂ ਕੰਪਨੀਆਂ ਕੈਬਨ ਨਹੀਂ ਦਿੰਦੀਆਂ ਹੈਗੀਆਂ। ਸੋ ਹੁਣ ਆ ਜੋ ਪਿੱਛੇ 1630 ਆ ਵੇਟ, ਆਹ ਦੇਖ ਆ ਜਹਾਜ਼ ਵਾਲੀਆਂ ਲਾਈਟਾਂ ਭੈਣ ਦੇ ਗੜਾਵੇ ਦੀਆਂ ਨੇ, ਹੈ ਔਰ ਡੋੜ ਜੇ ਸੀ ਬੀ ਵਾਲਿਆਂ ਦਾ ਗੋਲੀ ਲੱਗਣੇ ਸਟੀਕਰ ਦੇ ਲਾ, ਪਹਿਲਾਂ ਹੀ ਲਾਇਆ ਹੈ। ਹੁਣ ਆ ਜਾਓ ਆਹ ਆਹ, ਪਹਿਲਾਂ ਤਾਂ ਮੈਂ ਕੈਬਨ ਦਾ ਕਲੀਅਰ ਕਰਦਾ, ਉਹਦੇ ਕਿੱਥੇ ਤੱਕ ਹੱਥ ਜਾਂਦਾ ਬ੍ਰਦਰ, ਜਾਂਦਾ ਹੱਥ? ਇਹ 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 ਮੁੱਲ ਹੈ ਤਾਂ ਜਿਹੜਾ ਉਹ ਤੱਕ ਹੱਥ ਜਾਂਦਾ ਆਪਣਾ, ਉਹਦੇ ਕਿੱਥੇ ਤੱਕ ਆ? ਇਹ ਸਾਰਾ ਫਲੋਟਿੰਗ ਆ ਕੈਬਨ। ਆਹ ਪਾਈਪਾਂ ਆ ਗਈਆਂ, ਆਹ ਏ ਸੀ ਵਾਲਾ ਪਾਣੀ ਚੋਣ ਵਾਲਾ ਦੇਖ ਪਾਈਪਾਂ, ਆਹ ਰਿਫਲੈਕਟਰ ਆ ਗਏ, ਲਿਫਟ ਵਾਲਾ ਸਿਸਟਮ ਤੁਹਾਨੂੰ ਪਤਾ ਹੀ ਆ ਸਾਰਾ, ਆਹ ਦੱਸਣ ਦੀ ਲੋੜ ਨਹੀਂ। ਆਹ ਫਾਈਬਰ ਦੇ ਨੇ ਗੱਭਰੂ, ਫਾਈਬਰ ਦੇ ਆਹ ਨੇ। ਆਹ ਜਲ ਜੀਰਾ ਠੰਡਾ ਤੇਲ ਮਸਾਲਾ ਪੈਂਦਾ ਇਹ 'ਚ, ਉਹ ਉਹਨਾਂ ਨੂੰ ਉਹ ਕਰਨ ਨੂੰ, ਸ਼ੀਸ਼ੇ ਸਾਫ਼ ਕਰਨ ਨੂੰ। ਆਹ ਦੇਖਾ ਜਹਾਜ਼ ਮੰਗ ਵਿੱਚੋਂ ਉਹਦੀ ਲਾਈਟ, ਆਹ ਦੇਖੋ ਵੇਟ, ਇਹਦੇ ਰਿਮ ਵੀ ਦੂਜੇ ਨੇ ਜਿਵੇਂ ਕਬੋਟਾ ਟਾਈਪ ਹੁੰਦੇ ਨੇ। ਹੁਣ ਕੈਬਨ ਮੇਨ ਤਾਂ ਅੱਜ ਵਾਲਾ ਮੋਟੋ ਯਾਰ ਇਹਦਾ ਕੈਬਨ ਦਿਖਾਉਣ ਦਾ ਹੀ ਆ, ਵੀ ਜਿਵੇਂ ਹੁਣ ਬਹੁਤ ਪਰਸੈਪਸ਼ਨ ਬਣੀ ਵੀ ਆ। ਹੈ ਤੇਰੇ ਨਾਲ ਮਨਪ੍ਰੀਤ, ਤੈਨੂੰ ਇਹ 'ਚ ਫਰਕ ਕੀ ਲੱਗਦਾ, ਇਹ ਕੈਬਨ 'ਚ ਯਾਰ ਦੂਏ ਕੈਬਨ 'ਚ, ਮਹੱਤੜ ਕੈਬਨ 'ਚ? ਬਹੁਤ ਫਰਕ ਹੈ ਜੀ, ਕੀ ਹੈ ਕਾਫੀ ਫਰਕ, ਉਹਨੇ ਕੁਆਲਿਟੀ ਦੇ ਬਹੁਤ ਲੋ ਜੀ ਬਾਹਰ ਲੈ ਕੇ ਆਉਣਾ ਦੀ, ਇਹਨਾਂ ਨਾਲ ਤਾਂ ਕੰਪੈਰੀਜ਼ਨ ਨਹੀਂ ਹੋ ਸਕਦੇ ਉਹਨਾਂ ਦਾ। ਅੱਛਾ, ਕਿਸੇ ਹਾਲਤ 'ਚ ਵੀ ਨਹੀਂ ਹੋ ਸਕਦਾ ਜੀ। ਠੀਕ ਆ ਜੀ, ਆ ਜਾ ਫਿਰ ਮਾੜਾ ਜਾ। ਆਹ ਹੁਣ ਤੁਸੀਂ ਬਣਤਰ ਦੇਖ ਸਕਦੇ ਹੋ ਕੈਬਨ ਦੀ, ਆਹ ਮਟੀਰੀਅਲ ਆ ਦੇ, ਆਹ 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 ਅੰਦਰਲੇ ਜੈਕ, ਆਹ ਕੁੰਡੇ ਕਬਜ਼ੇ ਲੈ, ਲੱਗਦਾ ਸਾਲਾ ਮਰਸੇਡੀ ਮਾਂਗ। ਇਹ ਦੇਖੀਏ, ਦੇਖੀ ਤਰਾਰਾ ਜਾ ਦੇਖੀਏ, ਆਪਦੇ ਆਪੇ ਫੜਦਾ। ਡਿਸਟ੍ਰੀਬਿਊਟਰ ਤਾਂ ਦਿਖਾਤੇ ਪੈਸੇ, ਆਪਾਂ ਦੁਬਾਰੇ ਦਿਖਾਉਂਦੇ ਹਾਂ, ਇੱਥੇ ਨਹੀਂ ਨਾ ਆਉਂਦੇ। ਆਹ ਆ ਗਏ ਇਹ ਕੰਪਨੀ ਫਿਟਡ ਦੇ ਐਗਜ਼ੌਲਰੀ ਬਾਲ ਵਾਲੇ, ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਆਹ ਜਿਹੜਾ ਸਿਸਟਮ ਆ ਇਹ ਕੰਪਨੀ ਉਹ ਕਰ ਸਕਦੀ ਆ। ਰੇਸ ਦੇਖੀ ਦੇਖੀ ਲੈ, ਜਮਾ ਹੀ ਭੈਣ ਚੋ ਦਾਣਾ ਜਾ ਵਾ ਦੱਬਦੇ ਜਦੇ ਕਰੰਟ ਫੁੱਲ, ਸੀਟ ਦੂਈ ਤਾਕਤ ਵਰਧਕ, ਤਾਂ ਆਹ ਰੇਸ ਦੇਖ ਲਓ। ਇਹ ਆਹ ਕੀ ਹੈ ਇਹ 'ਚ ਢੋਲ ਜੇ 'ਚ ਬੈਟਰੀ ਦੇਖੋ, ਆਹ ਢੋਲ ਜੇ 'ਚ ਪਾਤੀ, ਉਹ ਪਿੰਨਾਂ ਲਾਤੀਆਂ ਦੋਨੇ ਪਾਸੇ ਫੁੱਟ ਰੈਸਟ ਲਾ ਤੇ, ਆਹ ਭੂਕਣਾ ਦੇਖੋ ਕਿੰਨਾ ਮੋਟਾ ਬੱਲਾ ਬੱਲਾ, ਆਰਾਮ ਹੋ ਭਾਈ ਆਰਾਮ, ਆਏ ਤਾਂ ਕਿ ਸੇਕ ਤੋਂ ਰਹਿਤ ਹੋਵੇ। ਮੇਨ ਸਵਾਦ ਭਾਈ ਇਹਦਾ, ਆਹ 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 ਗੱਲਾਂ ਕਰਾਉਂਦੀ ਆ ਚੀਜ਼ ਇਹ। ਇਹ ਤੁਹਾਨੂੰ 5405 5075 ਦੋਨਾਂ 'ਚ ਅਵੇਲੇਬਲ ਮਿਲੂਗਾ। ਅਤੇ ਅਗਲਾ ਜਿਹੜਾ ਟਰਾਂਸਮਿਸ਼ਨ ਆ ਉਹ ਡਾਨਾ ਦਾ ਲੱਗਿਆ ਹੋਇਆ, ਪਿਛਲਾ ਮੈਂ ਕੋਈ ਕਹਿ ਨਹੀਂ ਸਕਦਾ, ਮੈਨੂੰ ਉਹਦੇ ਬਾਰੇ ਗਿਆਨ ਨਹੀਂ ਹੈਗਾ। ਅਤੇ ਤੁਸੀਂ ਦਰਸ਼ਨ ਕਰੋ ਬਿਲਡ ਕੁਆਲਿਟੀ ਦੇ, ਆਹ ਦੇਖੋ ਫਾਈਬਰ ਦਾ ਟੈਂਕ ਡੀਜ਼ਲ ਅਨਬ੍ਰੇਕੇਬਲ, ਆਨੰਦ ਮੰਗਲ ਗਾਉਣ ਵਾਲਾ, ਆਹ ਦੇਖ ਲਓ। ਉਹ ਪਹਿਲਾਂ ਹੁਣ ਇਹ ਗੱਭਰੂਆਂ ਦੇ ਸਾਰਿਆਂ ਦੇ ਦਰਸ਼ਨ ਕਰਾ ਦਈਏ, ਇੱਧਰ ਗਿਆ ਡੋਡ ਵਾਲਾ। ਹਾਂ ਭਾਈ ਗੱਭਰੂ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਹੋਰ ਕੁਛ ਕਹਿਣਾ ਚਾਹੁੰਦੇ ਹੋ ਜੌਂਡੀਅਰ ਬਾਰੇ? ਬਸ ਹੋਰ ਤਾਂ ਕੀ ਕਹਿਣਾ ਜੀ, ਜੌਂਡੀਅਰ ਦੀ ਜਗ੍ਹਾ ਤੇ ਹੋਇਆ ਪਿਆ। ਨਹੀਂ ਨਹੀਂ ਦੁਖੀ ਤਾਂ ਕੋਈ ਨਹੀਂ ਜੀ, ਹਾਂ ਤਾਂ ਖੁਸ਼ ਹੋ ਕੇ ਦੱਸ, ਲਾਈਟਾਂ ਲੂਟਾਂ ਵਧੀਆ ਲੱਗਿਆ, ਖੁਸ਼ ਹੈ? ਬਹੁਤ ਖੁਸ਼ ਹੈ ਜੀ। ਠੀਕ ਆ ਭਾਈ, ਮੁੰਡਾ ਖੁਸ਼ ਹੈ, ਰਣਦਾਰ ਖੁਸ਼ ਹੈ, ਗੱਭਰੂ ਸਾਰੇ ਖੁਸ਼ ਨੇ, ਆ ਟੀਮ ਪਹੁੰਚੀ ਹੋਈ ਆ, ਜਗੀਰਾ ਜਗਾੜੀ ਹਰਪ੍ਰੀਤ ਜੀ ਲਾਣੇਦਾਰ ਜੀ। ਸੋ ਬਹੁਤ ਬਹੁਤ ਮੁਬਾਰਕਾਂ ਭਾਈ ਸਾਰਿਆਂ ਨੂੰ। ਇਹ ਤਾਂ ਦੇਖੋ ਮੈਂ ਫਿਰ ਵੀ ਕਹਿੰਦਾ, ਇਹ ਤਾਂ ਕਰਮ ਹੁੰਦਾ ਬੰਦੇ ਦਾ, ਜਿਹਨੇ ਜਿੱਥੇ ਆਉਣਾ ਅੰਜਲ ਆ। ਠੀਕ ਆ ਜੀ, ਸੋ ਬਹੁਤ ਬਹੁਤ ਧੰਨਵਾਦ। ਇਹ ਸੀ 5075 ਈ ਡੋਰ ਜੇ ਸੀ ਬੀ ਵਾਲਿਆਂ ਦਾ, ਨੀਅਰ ਬਾਏ ਕੋਟ ਕਪੂਰਾ ਐਂਡ ਭਗਤਾ ਭਾਈ ਕਾ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।